ਕਹਿੰਦੇ ਨੇ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਆ ਹੀ ਜਾਂਦਾ ਹੈ। ਇਹ ਉਸ ਟਾਈਮ ਸੱਚ ਹੋ ਗਿਆ ਜਦੋਂ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਪਿੰਡ ਢਲ ਵਿੱਚੋਂ ਦੋ ਬੱਕਰਾ ਚੋਰ ਪਿੰਡ ਵਾਲਿਆਂ ਨੇ ਕਾਬੂ ਕਰ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਆਜੜੀ ਕੁਲਦੀਪ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਢਲ ਜੋ ਕਿ ਆਪਣੀ ਬੱਕਰੀਆਂ ਨੂੰ ਬਾਬਾ ਪੀਰ ਚੌਂਕੀ ਦੇ ਨਜ਼ਦੀਕ ਚਾਰ ਰਿਹਾ ਸੀ ਤਾਂ 4 ਨੌਜਵਾਨ ਵਿਅਕਤੀ ਆਏ ਜਿਨ੍ਹਾਂ ਨੇ ਭੁਜਿਆ ਦਾ ਸਹਾਰਾ ਲੈ ਕੇ ਦੋ ਬੱਕਰੀਆਂ ਚੋਰੀ ਕਰਕੇ ਪਿੰਡ ਢਲ ਵੱਲ ਨੂੰ ਫਰਾਰ ਹੋ ਗਏ। ਉਧਰੋਂ ਜਦ ਆਜੜੀ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣਾ ਦਿਮਾਗ ਘੁਮਾਇਆ ਅਤੇ ਪਿੰਡ ਢਲ ਵਿੱਚ ਆਪਣੇ ਘਰ ਅਤੇ ਹੋਰ ਪਿੰਡ ਵਾਸੀਆਂ ਨੂੰ ਫੋਨ ਕੀਤੇ ਕਿ ਮੇਰੀ ਬੱਕਰੀਆਂ ਲੈ ਕੇ ਦੋ ਮੋਟਰਸਾਈਕਲ ਪਿੰਡ ਢਲ ਵੱਲ ਨੂੰ ਆ ਰਹੇ ਹਨ। ਪਿੰਡ ਨੇ ਮੁਸਤੈਦੀ ਦਿਖਾਉਂਦੇ ਹੋਏ ਪੂਰਾ ਪਿੰਡ ਇਕੱਠਾ ਕਰ ਲਿਆ ਅਤੇ ਚੋਰਾਂ ਦੇ ਮਗਰ ਮੋਟਰਸਾਈਕਲ ਲਗਾ ਕੇ ਦੋ ਚੋਰਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਇੱਕ ਬੱਕਰੀ ਨੂੰ ਵੀ ਉਹਨਾਂ ਦੀ ਗ੍ਰਿਫਤ 'ਚੋਂ ਛੁਡਾ ਲਿਆ। ਜਦੋਂ ਇਸ ਸੰਬੰਧੀ ਥਾਣਾ ਖਾਲਣਾ ਦੇ ਮੁਖੀ ਸਰਦਾਰ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋ ਵਿਅਕਤੀ ਕਾਬੂ ਕੀਤੇ ਗਏ ਹਨ, ਇਹਨਾਂ ਖਿਲਾਫ਼ IPC ਧਾਰਾ ਤਹਿਤ 379 ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਤਰਨ ਤਾਰਨ ਤੋਂ ਸਰਬਜ ਸਿੰਘ ਦੀ ਰਿਪੋਰਟ ਆਈ ਭਾਰਤ। ਕਿਹੜਾ ਪਿੰਡ ਹੈ ਜੀ? ਢਲ ਜੀ। ਤੇ ਕੀ ਗੱਲ ਹੋਈ ਆ? ਗੱਲ ਜੀ, ਮੈਂ ਚਾਰ ਜਣੇ ਬੱਕਰੀਆਂ ਬਾਬਾ ਪੀਰ ਲਾਗੇ ਸੂਏ ਦੇ ਉੱਤੇ ਅਤੇ ਇਹ ਚਾਰ ਜਣੇ ਆਏ ਆ ਅਤੇ ਚਾਰ ਜਣੇ ਆਏ ਮੈਂ ਪਹਿਲਾਂ ਲੰਘ ਗਏ ਆ ਅਤੇ ਜਾ ਕੇ ਬੂਝਾਂ ਦੇ ਵਿੱਚ ਲੁਕੇ ਆ ਲੋਕਿਆ ਅਤੇ ਜਦੋਂ ਮੈਂ ਮੇਰਾ ਪਿੱਛਾ ਹੋ ਗਿਆ ਵੀ ਮਤਲਬ ਮੈਂ ਅਗਰੋਂ ਟੱਕਾ ਲਾਉਣ ਗਿਆ, ਇੱਕ ਮੇਰੀ ਬੱਕਰੀ ਸੁਣ ਰਹੀ ਸੀ ਉਹਦੇ ਕਰਕੇ ਮੈਂ ਮੇਰਾ ਮਾਲ ਗਾਂਹ ਚਲ ਗਿਆ, ਮੈਂ ਉਹਦੇ ਆਰੇ ਲੱਗ ਗਿਆ ਅਤੇ ਉਹ ਛੱਡ ਕੇ ਅਤੇ ਮੈਂ ਅਗਲਾ ਮਾਲ ਮੋੜ ਚਲੇ ਗਿਆ ਅਤੇ ਉਹ ਮਗਰੋਂ ਚਾਰ ਜਣੇ ਬੂਝਾਂ ਨਿਕਲ ਕੇ ਅਤੇ ਮੇਰੀ ਬੱਕਰੀਆਂ ਦੋ ਇੱਕ ਬੱਕਰਾ ਲੈ ਕੇ ਅਤੇ ਇੱਕ ਬੱਕਰੀ ਲੈ ਕੇ ਚੁੱਕੇ। ਉਹ ਕਿੰਨੇ ਜਣੇ? ਉਹ ਚਾਰ ਜਣੇ ਆ ਜੀ ਅਤੇ ਦੋ ਮੋਟਰਸਾਈਕਲ ਆ ਜੀ ਅਤੇ ਫਿਰ ਮੈਂ ਦੂਜਾ ਆਪਦੇ ਭਤੀਜੇ ਨੂੰ ਫੋਨ ਲਾਇਆ ਵੀ ਉਹਨਾਂ ਮੇਰਾ ਪਿੰਡ ਰੌਲਾ ਪਾ ਤੋਂ ਪਿੰਡ ਵਾਲ ਨੂੰ ਭੱਜ ਆਏ ਬੱਕਰੇ ਚੋਰੀ ਹੋ ਗਏ, ਮੇਰੇ ਬੱਕਰੇ ਚੋਰੀ ਹੋ ਗਏ, ਛੇਤੀ ਫਾਲੋ ਦਵਾ ਦਵਾ। ਸਾਰੇ ਪਿੰਡ ਨੇ ਆ ਕੇ ਅੱਗੇ ਰਾਪਾ ਆ ਕੇ ਬੰਦੇ ਫਾਲੇ, ਦੋ ਬੰਦੇ ਫਾਲੇ ਆ ਅਤੇ ਦੋ ਨਿਕਲ ਗਏ ਆ। ਹੁਣ ਜਿਹੜੀ ਤੁਸੀਂ ਥਾਣੇ ਰਿਪੋਰਟ ਦਿੱਤੀ ਹੋਈ? ਹਾਂਜੀ ਦਿੱਤੀ ਆ, ਹੁਣ ਦਰਖਾਸਤ ਦਿੱਤੀ ਆ ਜੀ ਮੇਰੇ ਇੱਕ ਆ ਗਿਆ, ਇੱਕ ਨੇ ਬੱਕਰਾ ਨਹੀਂ ਮੇਰਾ ਆਇਆ। ਅਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ? ਉਹ ਆਉਂਦੇ ਵੀ ਹੁਣ ਜਿਹੜੇ ਦੂਜੇ ਬੰਦੇ ਜਿਹੜੇ ਲੈ ਕੇ ਬੱਕਰਾ ਗਏ ਉਹ ਲਿਆ ਕੇ ਫੜ ਕੇ ਲਿਆ ਕੇ ਤੁਹਾਨੂੰ ਸੂਚਨਾ ਦਿੱਤੀ ਜਾਊਗੀ। ਮੰਗ ਕੀ ਕਰਦੇ ਹੋ? ਮੰਗ ਮੇਰੇ ਬੱਕਰਾ ਮੇਰੇ ਲਿਆ ਕੇ ਦਿਓ, ਮੇਰੇ ਜਿਹੜੇ ਖੜੇ ਉਹਨਾਂ ਨੇ। ਕੀ ਨਾਮ ਵੀਰ ਜੀ? ਮੇਰਾ ਨਾਮ ਅੰਗਰੇਜ਼ ਸਿੰਘ। ਅੱਜ ਤੁਸੀਂ ਖਾਲੜੇ ਥਾਣੇ ਦੇਰ ਰਾਤ ਪਹੁੰਚੇ, ਕੀ ਜਿਹੜਾ? ਅਸੀਂ ਇਸ ਮਸਲੇ ਦੇ ਵਿੱਚ ਪਹੁੰਚੇ ਹਾਂ ਕਿ ਅਸੀਂ ਡਲ ਪਿੰਡ ਤੋਂ, ਮੈਂ ਕਿਸਾਨ ਬਾਰਡਰ ਕਿਸਾਨ ਯੂਨੀਅਨ ਦਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਹਾਂ ਤਰਨ ਤਾਰਨ ਜ਼ਿਲ੍ਹੇ ਤੋਂ। ਅਸੀਂ ਇਸ ਮਸਲੇ 'ਤੇ ਪਹੁੰਚੇ ਹਾਂ ਕਿ ਸਾਡੇ ਪਿੰਡ 'ਚ ਵਾਰਦਾਤਾਂ ਚੋਰੀ ਦੇ ਬਹੁਤ ਜ਼ਿਆਦੀਆਂ 1-2 ਮਹੀਨਾ ਪਹਿਲਾਂ ਚੱਲਣ ਡੀਆਂ ਨੇ। ਕਦੀ ਮੋਟਰਾਂ ਲਹਿ ਗਈਆਂ, ਟਰਾਂਸਫਾਰਮਰ ਲਹਿ ਗਏ, ਕਿਸੇ ਦੀ ਮੱਝ ਖੁੱਲ੍ਹ ਗਈ। ਅੱਜ ਸਾਡੇ ਪਿੰਡ ਤੋਂ ਸਹਿਜ ਸਿੰਘ ਦੇ ਹੈਗੇ ਆ ਵਿਚਾਰੇ, ਉਹਨਾਂ ਦਾ ਬੱਕਰੇ 2 ਚੋਰੀ ਹੋ ਗਿਆ। ਉਹ ਨਰੈਣ 'ਤੇ ਬੱਕਰੇ ਚਾਰਦਾ ਸੀ ਅਤੇ 2 ਮੋਟਰਸਾਈਕਲ ਉਹਨੇ ਦੱਸਿਆ ਵੀ ਆਏ ਆ, ਉਹਨਾਂ 2 ਬੱਕਰੇ ਚੁੱਕ ਕੇ ਲੈ ਗਏ ਉਹ। ਫਿਰ ਉਹਨਾਂ ਪਿੰਡ ਫੋਨ ਕੀਤਾ, ਪਿੰਡ ਰੌਲਾ ਪੈ ਗਿਆ, ਸਾਰਾ ਪਿੰਡ ਇਕੱਠਾ ਆਇਆ। ਉਹਦੇ ਵਿੱਚ ਅਸੀਂ ਬੱਕਰੇ ਵਾਲੇ ਜਿਹੜੇ ਇੱਕ ਮੋਟਰਸਾਈਕਲ ਅਸੀਂ ਘੇਰ ਲਿਆ, ਇੱਕ ਬੱਕਰੇ ਦੋਵੇਂ ਫੜੇ ਗਏ ਆ ਅਤੇ ਮੋਟਰਸਾਈਕਲ ਇੱਕ ਫੜ ਲਿਆ, 2 ਬੰਦੇ ਫੜੇ ਆ। ਇਸ ਟਾਈਮ 'ਤੇ ਥਾਣੇ ਖਾਲੇ ਲਿਆ ਕੇ ਬੰਦੇ ਦਿੱਤੇ ਆ। 2 ਬੰਦੇ ਸਾਡੀ ਥਾਣੇਦਾਰ ਸਾਹਿਬ ਨਾਲ ਗੱਲ ਹੋਈ ਕਿ ਅਸੀਂ ਆਪੇ ਉਹਨਾਂ ਨੂੰ ਪੁੱਛ ਕੇ ਕਿ ਦੂਜੇ ਬੰਦੇ ਵੀ ਅਸੀਂ ਜਿਹੜੇ ਉਹ ਅਰੈਸਟ ਕਰਾਂਗੇ ਅਤੇ ਅਸੀਂ ਇਹ ਮੰਗ ਕਰਨੀ ਚਾਹੁੰਦੇ ਵੀ ਇਹਨਾਂ 'ਤੇ ਕਾਨੂੰਨੀ ਕਾਰਵਾਈ, ਚੋਰੀ ਦਾ ਜੋ ਇਹਨਾਂ 'ਤੇ ਜੋ ਐਕਟ ਬਣਦਾ ਉਹ ਲਾ ਕੇ ਕਾਨੂੰਨੀ ਕਾਰਵਾਈ ਕਰਨ ਦਾ ਪਰਚਾ ਦਰਜ ਕੀਤਾ ਜਾਵੇ, ਕਿਉਂਕਿ ਅਸੀਂ ਡਲ ਪਿੰਡ ਥੋੜ੍ਹਾ ਸੁੱਖ ਦਾ ਸਾਹ ਲੈ ਸਕੀਏ। ਕਿੰਨੀਆਂ ਕੁ ਚੋਰੀਆਂ ਜਿਹੜੀਆਂ ਹੋ ਚੁੱਕੀਆਂ? ਚੋਰੀਆਂ ਮੇਰੇ ਹਿਸਾਬ ਨਾਲ 5-7 ਮੋਟਰਾਂ ਲੈ ਗਈਆਂ, ਇੰਨੇ ਟਰਾਂਸਫਾਰਮਰ ਅਤੇ ਕੋਈ ਮੱਝਾਂ ਵੀ 1-2 ਖੁੱਲੀਆਂ ਨੇ, ਮੋਬਾਈਲ ਚੋਰੀ 'ਚ ਉਹ ਤਾਂ ਛੋਟਾ ਮੋਟਾ ਕੰਮ ਆ। ਅੱਜ ਮਤਲਬ ਜਿਹੜੇ ਇਹਨਾਂ ਨੇ ਬੱਕਰੇ 2 ਚੁੱਕਲੇ ਵਿਚਾਰੇ ਗਰੀਬ ਦੇ, ਇਹਨਾਂ ਨੇ ਸ਼ਾਮੀ 5 ਵਜੇ ਦੀ ਗੱਲ ਹੈ, ਦਿਨ ਦੀ ਵੀ ਪੂਰਾ ਰਾਤ ਨਹੀਂ। ਅਤੇ ਪਿੰਡ ਮੰਨ ਵੀ ਗਏ ਸਾਡੇ ਕੋਲ, ਪੁੱਛਿਆ ਅਸੀਂ ਪ੍ਰੇਮ ਨਾਲ ਭਾ ਗਏ ਵੀ ਤੁਸੀਂ ਕੀ ਉਹਨਾਂ ਵੀ ਅਸੀਂ ਬੱਕਰੇ ਚੁੱਕੇ, ਅਸੀਂ ਮੋਟਰਾਂ ਵੀ ਅਸੀਂ ਲਾਈਆਂ ਤੁਹਾਡੇ ਪਿੰਡ ਦੀਆਂ, ਟਰਾਂਸਫਾਰਮਰ ਅਸੀਂ ਚੋਰੀ ਕੀਤੇ ਆ, ਅਸੀਂ ਗਰੋਹ ਵਾਰਡ ਵੱਡਾ, ਅੱਜ ਅਸੀਂ 4 ਬੰਦੇ, ਦੂਜੇ ਬੰਦੇ ਸਾਡੇ ਨਾਲ ਨਹੀਂ ਆਏ। ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕੀ ਕਾਰਵਾਈ ਕੀਤੀ ਜਾ ਰਹੀ? ਪੁਲਿਸ ਪ੍ਰਸ਼ਾਸਨ ਨੇ ਇਸ ਟਾਈਮ 'ਤੇ ਕਾਰਵਾਈ ਨੇ FIR ਦਰਜ ਕਰ ਦਿੱਤੀ ਸਾਡੇ ਸਾਹਮਣੇ ਬਹਿ ਕੇ, ਅਤੇ ਉਹਦਾ ਕਿਹਾ ਵੀ ਅਸੀਂ ਸਵੇਰੇ ਇਹਨਾਂ ਦਾ ਅਰੈਸਟ ਪਾ ਕੇ ਅਤੇ ਇਹਨਾਂ ਨੂੰ ਪੁੱਛ ਕੇ ਦੂਜੇ ਬੰਦਿਆਂ ਨੂੰ ਅਸੀਂ ਅਰੈਸਟ ਕਰਾਂਗੇ ਜਿਹੜੇ 2 ਭੱਜ ਗਏ ਆ, ਜਿੱਥੇ ਜਿੱਥੇ ਇਹਨਾਂ ਦਿੱਤੇ ਉਹ ਵੀ ਕਰ, ਕੋਈ ਇਹੋ ਦੱਸਣਗੇ ਜਿਹੜੇ ਫੜੇ ਆ। ਸਰ, ਅੱਜ ਜਿਹੜੀ ਇੱਕ ਥਾਣਾ ਖਾਲੜਾ ਵੱਲੋਂ ਇੱਕ FIR ਦਰਜ ਕੀਤੀ ਗਈ ਹੈ, ਕਿਸ ਸੰਬੰਧ 'ਚ? ਇਹ ਜੀ, 2 ਬੰਦੇ ਜਿਹੜੇ ਬੱਕਰੀਆਂ ਚੋਰੀ ਕਰਦੇ, ਜਿਹੜੇ ਜਿਹੜੇ ਜਾਂਦੇ ਉੱਥੇ ਜੰਗਲ ਦੇ ਵਿੱਚ ਜਾ ਕੇ ਜਿਹੜੇ ਡਰੇਨ ਦੇ ਉੱਤੇ ਵਗੈਰਾ ਕਾਨੇ ਕੁੰਨੇ ਹੈਗੇ ਆ ਸ਼ਾਇਦ ਉਹ ਲੈ ਕੇ, ਅਤੇ ਇਹਨਾਂ ਦੇ ਖਿਲਾਫ਼ ਜਿਹੜੀ ਆ 379 IPC ਦਾ ਮੁਕੱਦਮਾ ਦਰਜ ਕੀਤਾ ਗਿਆ। ਇਹ ਕੀ ਨੇਮ ਹੈ ਜੀ ਸਰ ਇਹਨਾਂ ਦਾ? ਇੱਕ ਦਾ ਨਾਂ ਚਰਨਜੀਤ ਸਿੰਘ ਹੈ, ਇੱਕ ਨਾਂ ਹੀਰਾ ਸਿੰਘ ਹੈ। ਅਤੇ ਕੋਈ ਇਹਨਾਂ ਦਾ ਸਰ ਕੋਈ ਪਹਿਲਾਂ ਵੀ ਅਪਰਾਧਿਕ ਮਾਮਲਾ ਹੈ ਦਰਜ ਕੋਈ? ਨਹੀਂ ਜੀ, ਪਹਿਲਾਂ ਕੋਈ ਨਹੀਂ ਗਿਆ, ਨਵੇਂ ਚੋਰ ਉੱਠੇ। ਇਹਨਾਂ ਦੇ ਨਾਲ ਕੋਈ ਹੋਰ ਵੀ ਸਾਥੀ ਹੈਗੇ ਜੀ? ਹਾਲੇ ਤਾਂ 30 ਜਾਰੀ ਹੈ ਜੀ, ਪਤਾ ਕਰ ਰਹੇ ਹਾਂ।
मेडिकॉम आयुर्वेदिक सेंटर। यहाँ पर आपको मिलेगा हर मुश्किल का हल, जैसे कि मर्दाना कमजोरी, औरतों और पुरुषों के गुप्त रोग, बे औलाद, फालतू चर्बी, बड़ा हुआ पेट घटाएं, बवासीर, और आपको मिलेगी हर प्रकार की आयुर्वेदिक दवाइयाँ। मेडिकॉम आयुर्वेदिक सेंटर, दीप कॉम्प्लेक्स ऑपोजिट दुआबा शोरूम, कोट रोड, अमृतसर। रोजाना मिल 6 बजे तक।